ਸੂਬੇ ਵਿੱਚ ਇੱਕ ਪਾਸੇ ਦਾ ਸਰਕਾਰਾਂ ਕਰਕੇ ਨੌਕਰੀ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਅਤੇ ਦੂਜੇ ਪਾਸੇ ਬੇਰੋਜ਼ਗਾਰ ਨੌਜਵਾਨ ਖੁਦਕੁਸ਼ੀ ਦਾ ਰਸਤਾ ਅਪਣਾ ਰਹੇ ਨੇ। ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਲਖੁਰ ਤੋਂ ਸਾਹਮਣੇ ਆਇਆ ਹੈ ਜਿੱਥੇ 21 ਸਾਲਾ ਬੰਟੀ ਪੁੱਤਰ ਬਲਦੇਵ ਸਿੰਘ ਨਾਮ ਦੇ ਨੌਜਵਾਨ ਨੇ ਨੌਕਰੀ ਨਾ ਮਿਲਣ ਦੇ ਕਾਰਨ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ਸਰਕਾਰਾਂ ਦੇ ਦਾਅਵੇ ਨੂੰ ਕੋਸਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੰਟੀ 12ਵੀਂ ਕਲਾਸ ਪਾਸ ਸੀ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਿਹਾ ਸੀ ਕਿਉਂਕਿ ਉਸਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਸਨ। ਬਜ਼ੁਰਗ ਮਾਂ ਬਾਪ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਪਰ ਬੰਟੀ ਨੂੰ ਕਿਤੇ ਵੀ ਕੋਈ ਨੌਕਰੀ ਨਹੀਂ ਮਿਲੀ। ਫਿਰ ਉਸਨੇ ਫੌਜ ਦੇ ਵਿੱਚ ਭਰਤੀ ਹੋਣ ਲਈ ਸੋਚਿਆ ਪਰ ਉੱਥੇ ਵੀ ਕਿਸਮਤ ਨੇ ਬੰਟੀ ਦਾ ਸਾਥ ਨਹੀਂ ਦਿੱਤਾ। ਅਧਿਆਪਕਾਂ ਨੇ ਜਵਾਬ ਦੇ ਦਿੱਤਾ ਇਸ ਨੂੰ ਲੈ ਕੇ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੀ ਲਾਸ਼ ਹਾਲੇ ਤੱਕ ਲਾਪਤਾ ਹੈ ਅਤੇ ਪਰਿਵਾਰ ਉਸਦੀ ਭਾਲ ਕਰ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬੰਟੀ ਦਾ ਪਰਿਵਾਰ ਬਹੁਤ ਗਰੀਬ ਹੈ, ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ, ਇਸ ਲਈ ਸਰਕਾਰ ਉਹਨਾਂ ਦੇ ਦੂਸਰੇ ਲੜਕੇ ਨੂੰ ਨੌਕਰੀ ਦੇਵੇ ਅਤੇ ਉਹਨਾਂ ਦੀ ਮਾਲੀ ਸਹਾਇਤਾ ਕਰੇ ਤਾਂ ਜੋ ਆਪਣਾ ਅੱਗੇ ਦਾ ਜੀਵਨ ਬਤੀਤ ਕਰ ਸਕਣ। ਮੇਰਾ ਨਾਂ ਜੀ ਬਲਦੇਵ ਸਿੰਘ, ਸ਼ੌਂਕ ਨਾਲ ਵੈਸੇ ਭੋਲਾ ਭੋਲਾ ਆਉਂਦੇ ਆ ਬਾਹਰ। ਇਹ ਬੇਟਾ ਸੀ ਜੀ ਮੇਰਾ, ਘਟਨਾ ਜੀ ਇਹ ਵਾਪਰੀ ਵੀ ਨੌਕਰੀ ਵੇਖਣ ਗਿਆ ਸੀ ਅਤੇ ਪਹਿਲਾਂ ਹੀ ਲੋਕਡਾਊਨ ਲੱਗਾ ਉਦੋਂ ਭੱਜ ਕੇ ਆਇਆ ਸੀ, ਭਾਜ ਭੂਜ ਕੱਢੀ ਸੀ, ਉਹ ਕਾਗਜ਼ ਪੱਤਰ ਆਪਦੇ ਸਹੀ ਸੀ ਆਪਦੇ ਵੱਲੋਂ, ਤਾਂ ਹੁਣ ਸਰਕਾਰ ਕਹਿੰਦੀ ਵੀ ਕਾਕਾ ਤੇਰੀ ਉਮਰ ਟੱਪ ਗਈ ਆ ਅਤੇ ਉਹਨੇ ਜੀ ਨਾ ਕੁਛ ਦੱਸਿਆ ਨਾ ਕੋਈ ਗੱਲਬਾਤ ਕੀਤੀ, ਪਰ ਨਹਿਰ 'ਚ ਛਾਲ ਮਾਰਤੀ। ਇਹ ਜੇ ਉਹਨੂੰ ਪਤਾ ਸੀ ਸ਼ਹਿਰ ਆਪਾਂ ਨੂੰ ਪਤਾ। ਹੁਣ ਇਹੀ ਮੰਗ ਆ ਜੀ, ਵੱਡਾ ਬੱਚਾ ਸ਼ਾਇਦ ਮਾੜੀ ਮੋਟੀ ਨੌਕਰੀ ਕੋਈ ਸਰਕਾਰ ਉਪਣਾ ਪੀ ਐੱਨ ਕੁਛ ਵੀ ਮਿਲ ਜੇ, ਕੁਛ ਸਹਾਇਤਾ ਕੀਤੀ ਜਾਵੇ ਜੀ, ਆਹੀ ਮੰਗ ਹੈ। ਜਗਸੀਰ ਸਿੰਘ ਜੀ, ਇਹ ਬੱਚੇ ਗਰੀਬ ਪਰਿਵਾਰ ਦੇ ਜੀ, ਮਹਾਂ ਹੀ ਤਾਂ ਪੜ੍ਹਦੇ ਆ ਜੀ, ਪਲੱਸ ਟੂ ਕੀਤੀ ਸੀ ਇਹ ਬੱਚੇ ਨੇ ਅਤੇ ਨੌਕਰੀ ਦੀ ਤਲਾਸ਼ ਵਾਸਤੇ ਬਹੁਤ ਨੱਠ ਭੱਜ ਕੀਤੀ, ਪਰ ਇਹਦਾ ਇੱਕੋ ਹੀ ਇੱਕ ਸੀਗਾ ਮਾਸਟਰ ਵੀ ਮੈਂ ਦੇਸ਼ ਦੀ ਸੇਵਾ ਕਰਨੀ ਅਤੇ ਆਰਮੀ ਦੀ ਨੌਕਰੀ ਕਰਨੀ, ਅਤੇ ਉਹ ਮੰਨ ਲਾ ਵੀ ਇਹਨਾਂ ਨੇ ਉਮਰ ਅਰੇਂਜ ਕਰਤੀ ਅਤੇ ਉਹ ਮੰਨ ਲਾ ਵੀ 22 ਤਰੀਕ ਨੂੰ ਗਿਆ ਸੀਗਾ ਅਤੇ 23 ਤਰੀਕ ਨੂੰ ਉਹਨੇ ਆਤਮ ਹੱਤਿਆ ਕਰ ਲਈ। ਅਤੇ ਅਸੀਂ ਅੱਗੇ ਤੋਂ ਇਹ ਕਹਿੰਦੇ ਹਾਂ ਵੀ ਸਰਕਾਰ ਨੂੰ ਇਹੋ ਜਿਹੀਆਂ ਵਾਅਦੇ ਨਹੀਂ ਕਰਨੇ ਚਾਹੀਦੇ ਵੀ ਜਿਹੜੇ ਮੰਨ ਲਾ ਵੀ ਅਖਬਾਰਾਂ ਜਾਂ ਟੀਵੀ ਚੈਨਲਾਂ 'ਤੇ ਦੱਸੀ ਜਾਂਦੇ ਆ ਵੀ ਅਸੀਂ ਇੰਨੇ ਲੱਖ ਬੱਚੇ ਨੂੰ ਰੁਜ਼ਗਾਰ ਦਿੱਤਾ ਜਾਂ ਨੌਕਰੀਆਂ ਦਿੱਤੀਆਂ ਅਤੇ ਵੀ ਸਾਡੇ ਬੱਚਿਆਂ ਨੂੰ ਮੰਨ ਲਾ ਇਹਨੇ ਤਾਂ ਕਰ ਲਈਆ ਅਤੇ ਹੋਰ ਬੱਚੇ ਸਾਡੇ ਬਚ ਸਕਣ ਜੀ। ਹਾਂਜੀ, ਕੀ ਨਾਂ ਜੀ? ਅਕਬਾਲ ਸਿੰਘ, ਮੌਜੂਦਾ ਸਰਪੰਚ ਕਲ। ਸਰਪੰਚ ਸਾਹਿਬ, ਜਿਹੜੀ ਹੈ ਮੁੰਡੇ ਨੇ ਨਹਿਰ ਵਿੱਚ ਛਾਲ ਮਾਰੀ ਹੈ, ਕੀ ਘਟਨਾ ਵਾਪਰੀ? ਇਹ ਤਾਂ ਜੀ ਪਰਿਵਾਰ ਵਾਸਤੇ ਬਹੁਤ ਘਾਟਾ ਪਿਆ ਇਹਨਾਂ ਨੂੰ। ਇਹ ਇਨਸਾਨ 12 ਜਮਾਤਾਂ ਪੜ੍ਹ ਕੇ ਫੌਜ ਦੀ ਭਰਤੀ ਵੇਖਣ ਗਿਆ ਸੀਗਾ, ਸਾਡੇ ਕੋਲੋਂ ਸਾਈਨ ਕਰਾ ਕੇ ਲਿਆਂਦਾ ਰਿਹਾ, ਮੂਹਰਾਂ ਲਵਾ ਕੇ ਲਿਆਂਦਾ ਰਿਹਾ। ਇਹਦੀ 21 ਸਾਲ ਉਮਰ ਪੂਰੀ ਹੋਣ 'ਤੇ ਫੌਜ ਦੇ ਵਿੱਚ ਉਹਨਾਂ ਨੂੰ ਜਵਾਬ ਦੇ ਦਾਂਗੇ ਵੀ ਦਿੱਲੀ ਅਸੀਂ ਕਾਗਜ਼ ਘਲਾਵਾਂਗੇ, ਉਹ ਤੋਂ ਬਾਅਦ ਤੁਹਾਨੂੰ ਦੱਸਾਂਗੇ। ਉਹ ਕੁਛ ਦਿਨ ਪਹਿਲੋਂ ਦਿੱਲੀਓਂ ਕਾਗਜ਼ ਮੁੜਿਆ, ਉਹਨਾਂ ਨੇ ਆਖਤਾ ਵੀ ਕਾਕਾ ਜੀ ਤੇਰੀ ਉਮਰ 21 ਸਾਲ ਤੋਂ ਉੱਤੇ ਹੋ ਗਈ, ਥੋੜ੍ਹਾ ਜਿਹਾ ਟਾਈਮ, ਕੋਈ ਲੰਮਾ ਸਮਾਂ ਨਹੀਂ, ਲੰਮੀ ਉਮਰ ਹੋਈ ਸੀਗੀ, ਮਹੀਨਾ ਦੋ ਮਹੀਨੇ ਹੀ 21 ਸਾਲ ਤੋਂ ਉੱਤੇ ਉਮਰ ਸੀਗੀ ਉਹਦੀ। ਜਦੋਂ 22 ਤਰੀਕ ਦੀ ਭਰਤੀ ਸੀ ਉੱਥੋਂ ਆਣ ਕੇ ਫਿਰ ਇਹ ਮਨ ਦੇ ਉੱਤੇ ਬੋਝ ਪੈ ਗਿਆ, ਮੈਂ 12 ਜਮਾਤਾਂ ਪੜ੍ਹ ਕੇ ਗਰੀਬ ਘਰੋਂ ਅਤੇ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ, ਅਤੇ ਖੇਚਲੀ ਮੈਂ ਸਾਰੀ ਕਰ ਲਈ, ਭੱਜ ਭਜਾ ਕੇ ਵੇਖ ਲਿਆ, ਕੈਂਪਾਂ 'ਚ ਵੀ ਜਾ ਕੇ ਵੇਖ ਲਿਆ। ਅੱਜ ਇਹਨਾਂ ਨੇ ਕਹਿ ਦਿੱਤਾ ਵੀ 2 ਮਹੀਨੇ ਤੇਰੀ ਉਮਰ ਉੱਤੇ ਹੋਣ 'ਤੇ ਅਸੀਂ ਤੈਨੂੰ ਫੌਜ ਦੇ ਵਿੱਚ ਨਹੀਂ ਰੱਖ ਸਕਦੇ। ਉਹਦਾ ਆਣ ਕੇ ਘਰ ਮਨ 'ਤੇ ਉਹਦੇ ਬੋਝ ਪੈ ਗਿਆ। ਉਦੋਂ ਬਾਅਦ ਜੀ ਉਹਨੇ ਇੱਕ ਭਾਣਾ ਜਿਹੜਾ ਵਾਪਰਿਆ ਹੱਥ ਨੇ, ਸਾਨੂੰ ਅਗਲੇ ਦਿਨ ਤੜਕੇ ਪਤਾ ਲੱਗਾ ਵੀ ਪਿੰਡ ਦੇ ਵਿੱਚ ਆਹ ਗੱਲ ਹੋ ਗਈ। ਅਸੀਂ ਫਿਰ ਉਹਨਾਂ ਦੇ ਘਰ ਜਾ ਕੇ ਅਫਸੋਸ ਵੀ ਕਰਕੇ ਆਉਂਦਾ ਸਾਰਿਆਂ ਬੰਦਿਆਂ ਨੇ, ਆਹੀ ਗੱਲ ਮੇਨ ਤਾਂ ਗਰੀਬ ਪਰਿਵਾਰ 'ਚ ਗਈ। ਹਲੋ ਜਰਾ ਸਰਕਾਰ ਤੋਂ ਮੰਗ ਕਰਦੇ ਹੁਣ ਉਹਨਾਂ ਦੇ ਮਾਂ ਪਿਓ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ, ਹਜੇ ਉਹਦਾ ਇੱਕ ਭਰਾ ਹੋ ਰਹਿੰਦਾ, ਗਰੀਬ ਪਰਿਵਾਰ, ਉਹਦੀ ਮਾਤਾ ਵੀ ਬਿਮਾਰ ਆ, ਕੁਛ ਨਾ ਕੁਛ ਚੱਲ ਉਹਦਾ ਵਿਚਾਰਾ ਦੁਨੀਆਂ ਤੋਂ ਜਾ ਵੜਿਆ, ਕੁਛ ਨਾ ਕੁਛ ਇਸੇ ਦਾ ਗੌਰਮੈਂਟ ਹੱਕ ਬਣਦਾ ਵੀ ਉਹਨੂੰ ਕੋਈ ਨਾ ਕੋਈ ਮਾਲੀ ਸਹੂਲਤ ਜ਼ਰੂਰ ਦਿੱਤੀ ਜਾਵੇ। ਅਸੀਂ ਇਹੋ ਅਰਦਾਸ ਬੇਨਤੀ ਕਰਦੇ ਹਾਂ ਵੀ ਉਹਨੂੰ ਕੁਛ ਨਾ ਕੁਛ ਮਿਲਣਾ ਜ਼ਰੂਰ ਚਾਹੀਦਾ। ਹਾਂਜੀ, ਕੀ ਨਾਂ ਜੀ ਤੁਹਾਡਾ? ਜਗਤਾਰ ਸਿੰਘ ਜੀ। ਜਗਤਾਰ ਸਿੰਘ ਜੀ, ਜਿਹੜੀ ਨੌਜਵਾਨ ਨਾਲ ਘਟਨਾ ਵਾਪਰੀ ਹੈ, ਨਹਿਰ ਵਿੱਚ ਛਾਲ ਮਾਰੀ ਗਈ ਹੈ, ਕੀ ਆ ਗੱਲਬਾਤ ਪੂਰੀ? ਇਹ ਜਿਹੜਾ ਨੌਜਵਾਨ ਬੱਚਾ ਸੀ ਸਾਡਾ ਜੀ,
इन्हें बहुत मेहनत ना पढ़िया मजदूरी कर करके छोटे छोटे काम तो जाके इतों तक इन्हें मजल तक अपनी सरीक की सी पर मजल किते भी कुछ नहीं हथ आया गा क्यों ये निके निके काज जिहड़ा कि बाहरों अंदरों आता से नौकरी मारे ये रोटी ना भी उन्हें नेड़े समझता सी बड़ा सामभ सामभ के रखता पर सरकार ने यह कोई कदर नहीं पाया कोई गल नहीं सुनी गई इस करके जी नौजवान की 23 तरीक न नहर के खुदकुशी की गई तो ये बहुत ही माड़ी गल आ इस तो असी ये पंजाब के जो सरकार पंजाब सरकार के वायदे आ जी ये बिल्कुल फोके आने वायदे करने की बजाय तक माणी नहीं पुछते जी रोटी हाथ से बनी हुई वह भी खोने चाहते आ जो हम बच्चे पढ़ लिख के आदमी रोटी नहीं कमा सकते कि रोटी खोई नहीं इन्होंने ये बिल्कुल रोटी इन्हों तो खोते इन देंगे कुछ नहीं सिर्फ गल्ला ही करते गल्ला करते मसले हल नहीं होंगे ये मौत जो करवाई है सरकार करवाई है बेरोजगारी के कारण होंगे जो बच्चे नशे करते हैं ये बेरोजगारी के कारण होंगे नहीं बच्चा कोई नशे तो नहीं लगता गा जो कि काम करके आके घर आके आऊगा वह नींद भी सौखी आऊगी उस रोटी भी अच्छी मिलेगी तो नशे वाले पास जाता ही नहीं गा जो बच्चे अनपढ़ता दे जो तो वक्रे है जो पढ़ लिख के बच्चे इस पास जाते हैं वह बिल्कुल सरकार दे छड़े आ नकमे काम इस करके बच्चे पुछी लैन लगते नहीं बच्चे कदे वास्ते नहीं अजक नौजवान आ जरा ये बहुत ही सियाना थोड़ा नहीं गा कंप्यूटर दिमाग इन्होंने इन्होंने जे कह दिए एडे कमले नहीं गए पर कमले उदो बनते जो इन्होंने दिसदा कुछ नहीं गा हूँ असं मैं कहते इस परिवार के बहुत ही हालात खराब आ घर के बेरोजगारी के दिहाड़ी दप्पा करना जोड़ा माँ प्यो वो सी नहीं रह गया तो साडा पोता सी इस तरह उन्होंने भी पहला तो दादा है उंगलों फटदे पोतरिया दियाँ तो हूँ पोतरे सहारा बनते हैं साढ़े घर के कुछ नहीं है इन परिवार बारे सूँ कोई नौकरी मिले असं भी इन्होंने को बह के रोटी पानी खाई सकी तो किसी टाइम ये भी रज के खाण भी सानू यह माड़े ने इन्हों के घर के लच्छण हालत होने नहीं चाहिए गए सरकार को बिल्कुल इस गल को समझना चाहिए क्योंकि इन हालातों के बच्चे ता ही बच सकते जे सरकार ध्यान देवे तो मेरा नाम गैरी गल है वीर जी गैरी जी मुंडा फौज की भर्ती वेखन गया उदो करोना की बीमारी चल पी जी सारी कढ़ ली सी रनिंग कढ़ ली दौड़ कढ़ ली सी जिहड़ी अफसर है सरकारी उन्होंने वादा कर लिया भी तुहानू जिहड़ी नौकरी है इसे फॉर्म के आधार जिहड़ी अगली नैक्सट आऊगी उदो तुहानू रखा जाऊगा तो हुण जो दुबारा भर्ती फिरोजपुर की आई है जी इन्होंने उस अफसर मिले जिन्होंने पहला गलबात हुई सी तो भी सानू सर भी आह अं ट्रायल कढ़े है सानू रखो फौज के उन्होंने जी 22 तरीक का टाइम देता सी भी तुम 22 तरीक न मिलो असं थोड़े जहाँ करांगे हल समस्या तो इन्होंने सर 22 तरीक न मिले अफसर तो उन्होंने गलबात की उन्होंने तो जी तोड़ के जवाब ही देता बिल्कुल वह कहते जी नहीं थोड़ी तो उम्र ही लंघ गई कहते सर जो असं फॉर्म भरे से ट्रायल कढ़े है उस टाइम साड़ी उम्र सीगी हुण 8 महीने का करोना की बीमारी लॉकडाउन चलिया तो भी सर साड़ी हुण उम्र लंघी है जदों करोना चल पिया जिस टाइम असं फॉर्म भरे तो साड़ी 3 महीने उम्र रही सी तो पर नहीं जी कोई सरकारी अफसर ने तो नहीं जवाब ही देता तोड़ के जी भी नहीं असं रख सकते सानू तो जी जदों उन्हें मिल के आया 22 तरीक न उदन शाम भी गल करती तो 23 सवेर न कहता सी बई यार भी मैनू जवाब देता अफसर ने भी मैं तो फाइल भी संभाल के रखी है फॉर्म भी भर के रखे है खर्चा भी किया जी सर्टिफिकेट बनाए है तो भी बई मैनू जवाब देता मैं क्या भी चल कोई नहीं पुत वेख जे तू नहीं हो सरकार ने रख्या सरकार व्डे घर नौकरियां दें जी गरीब परिवारों को कितने नौकरी देंगे है भी तेन नहीं भी रख्या आता कोई गल नहीं कोई आप होर काम वेख लाँगे कहता नहीं बई मैं बहुत मेहनत मजदूरी करके दिहाड़ियाँ करके नहर खा लिया तो दिहाड़ियाँ करके मैं पढ़ाई की 2 की तो बई मैनू तो मैं देश की सेवा भी करनी है मैं तो फौज की नौकरी चाहिए है तो पर सरकार ने जी नहीं कोई गल बनेगी ये सरकार ने भी चाहिए भी देखो लॉकडाउन होया 8 महीने लॉकडाउन सरकार ने ला रखे जेड़े बच्चों की उम्र लंघ गई जी तो उन्होंने तो उन्होंने फॉर्म के आधार पर देखो ना जी जिन्होंने पहला फॉर्म भरे है चलो सरकार का ऐलान सी भी लॉकडाउन लाना है तो ब साडा तो कोई ऐलान सी ना बच्चों का भी तुम लॉकडाउन लावो तो जे सरकार मान लो नौकरी दे दी जी इस घर का 21 साल का नौजवान अज मरद ना नहर च लंढ गिदा गया जी वो सदमा ही लै गया जी सरकार तो मंग करते जी असी भी इस परिवार का घर बार वेख के 10-15 लाख रुपया तो परिवार की मदद की जाए एक जी ने नौकरी दी जाए वह भरा है जी बेरोजगार है दिहाड़ी करता वह भी उन्होंने नौकरी दी माँ बीमार रही है प्यो भी दिहाड़ी तप्पे करता जी हूँ जिस टाइम जोड़े हालात है घर के जी माँ प्यो का तो लक ही टुट जाता जी गभरू जवान पुत मर जाए जी आसा उम्मीदा होंगे माँ प्यो न तो वह आसा उम्मीदा तो वह कमला तोड़ ही गया
तो आपका हौसला टुटन करके वह तोड़ गया। तो हुण पर सरकार इन्हां दा पुत बने, सरकार इन्हां दी मदद करे, पैसे देवे, एक जी नूं नौकरी देवे, असीं तां यही मंग करदे जी। आवाज़ी कम टीवी लई फिरोजपुर तो पत्रकार गुरप्रीत सिंह भुल्लर दी रिपोर्ट।